ਇਮਰਾਨ ਦੇ 100 ਚੁੱਕ ਸਮਾਰੋਹ ਵਿੱਚ ਕਿਸੇ ਵੀ ਵਿਦੇਸ਼ੀ ਨੇਤਾ ਨੂੰ ਨਾ ਬੁਲਾਉਣ ਦਾ ਫੈਸਲਾ ਇਮਰਾਨ ਖਾਨ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ 100 ਚੁੱਕਨ ਦੇ ਆਪਣੇ 100 ਚੁੱਕ ਸਮਾਰੋਹ ਵਿੱਚ ਵਿਦੇਸ਼ੀ ਨੇਤਾਵਾਂ ਅਤੇ ਉੱਗੀਆਂ ਸ਼ਖਸੀਅਤਾਂ ਨੂੰ ਨਾ ਬੁਲਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਸਮਾਰੋਹ ਨੂੰ ਬਹੁਤ ਹੀ ਸਾਦਾ ਰੱਖਣਾ ਚਾਹੁੰਦੇ ਹਨ ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਵਿੱਚ ਸਾਹਮਣੇ ਆਈ ਹੈ 25 ਜੁਲਾਈ ਨੂੰ ਹੋਈਆਂ ਚੋਣਾਂ ਵਿੱਚ ਖਾਨ ਦੀ ਤਹਿਰੀਕ-ਏ-ਇਨਸਾਫ ਇਕੱਲੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਇਸ ਤੋਂ ਪਹਿਲਾਂ ਉਹਨਾਂ ਦੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਲੀਵੁੱਡ ਸੁਪਰਸਟਾਰ ਅਮੀਰ ਖਾਨ ਅਤੇ ਕਪਿਲਦੇਵ ਸੁਨੀਲ ਗਾਵਸਕਰ ਤੇ ਨਵਜੋਤ ਸਿੰਘ ਸਿੱਧੂ ਵਰਗੇ ਸਾਬਕਾ ਭਾਰਤੀ ਕ੍ਰਿਕਟ ਖਿਡਾਰੀਆਂ ਸਮੇਤ ਕਈ ਵਿਦੇਸ਼ੀ ਨੇਤਾਵਾਂ ਅਤੇ ਸ਼ਖਸੀਅਤਾਂ ਨੂੰ ਸਦਨ ਦਾ ਫੈਸਲਾ ਕੀਤਾ ਸੀ ਤਰੀਕੇ ਇਨਸਾਫ ਦੇ ਬਲਾਰੇ ਫਫਾਦ ਚੋਦਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਪਾਰਟੀ ਦੇ ਚੇਅਰਮੈਨ ਨੇ ਸਾਦਗੀ ਵਾਲਾ ਸੌਚ ਚੁੱਕ ਸਮਾਰੋਹ ਕਰਨ ਦੀ ਹਦਾਇਤ ਕੀਤੀ ਹੈ